ਈ ਆਕਾਸ਼ਵਾਣੀ ਜੰਮੂ ਹੈ ਹੁਣ ਤੁਸ ਵਿਜੇ ਬਜਾਂਝ ਕੋਲੋਂ ਖ਼ਬਰਾਂ ਸੁਨੋ ਪਾਰਟੀਚਨਾ ਆਯੋਗ ਨੇ ਜੰਮੂ ਕਸ਼ਮੀਰ ਚ ਤ੍ਰਿਏ ਗੇੜ ਦੇ ਅਸੈਂਬਲੀ ਚੁਣਾਈ ਲਈ ਕੱਲ ਅਧिसूਚਨਾ ਜਾਰੀ ਕਰੀ ਦਿੱਤੀ ਆਕਾਸ਼ਵਾਣੀ ਦੇ ਜੰਮੂ ਸੰਵਾਦ ਦਾਤਾ ਦੀ ਰਿਪੋਰਟ ਮੁਜਬ ਕੁਪਵਾੜਾ ਬਾਰਾਮੂਲਾ ਬਾਂਡੀਪੂਰਾ ਉਦਮਪੁਰ ਕਠੂਆ ਸਾਂਬਾ ਤੇ ਜੰਮੂ ਜ਼ਿਲ੍ਹੇ ਦੇ ਕੁੱਲ 40 ਵਿਧਾਨ ਸਭਾ ਅਲਕੇਨ ਚ ਤ੍ਰਿਏ ਗੇੜ ਦੇ ਤਹਿਤ ਵੋਟ ਪਾਈ ਜਾਣੀ ਨ ਇੰਦੇ ਚ ਕਸ਼ਮੀਰ ਖਿੱਤੇ ਦੇ 16 ਅਸੈਂਬਲੀਅਲ ਕੇ ਕਰਨਾ ਤ੍ਰੇਗਾਮ ਕੁਪਵਾੜਾ ਲੂਲਾਬ ਹੰਦਵਾੜਾ ਲੰਗੇਟ ਸੋਪੋਰ ਰਫੀਆਬਾਦ ਉੜੀ ਬਾਰਾਮੁਲਾ ਗੁਲਮਰਗ ਵਾਗੂਰਾ ਕਰੀਰੀ ਪਟਨ ਸੋਨਾਵਾਰੀ ਬਾਂਡੀਪੋਰਾ ਤੇ ਗੁਰੇਜ਼ ਅਲਕੇਸਨ ਜੰਮੂ ਸੰਭਾਗ ਦੇ 24 ਅਸੈਂਬਲੀਅਲ ਕੇ ਉਦਮਪੁਰ ਵੈਸਟ ਉਦਮਪੁਰ ਈਸਟ ਚਨੈਨੀ ਰਾਮਨਗਰ ਬਨੀ ਬਿਲਾਵਰ ਬਸੋਲੀ ਜਸਰੋਟਾ ਕਟੂਆ ਈਰਾਨਗਰ ਰਾਮਗੜ ਸਾੰਬਾ ਵਿਜੇਪੁਰ ਬਿਸ਼ਨਾ ਸੁਚੇਤਗੜ ਆਰਸਪੁਰਾ ਜੰਮੂ ਸਾਊਥ ਬਾਹੂ ਜੰਮੂ ਈਸਟ ਨਗਰੋਟਾ ਜੰਮੂ ਵੈਸਟ ਜੰਮੂ ਨਾਰਥ ਮੜ ਅਖਨੂਰ ਤੇ ਛੰਬ ਵਿਧਾਨ ਸਭਾਲ ਕੇ ਸ਼ਾਮਲ ਡ ਇਸ ਗੇਟ ਤੇ ਚੋਣ ਲਈ ਮੇਦਵਾਰਾਂ ਪਾਸਿਆ ਨਾਮਜ਼ਦਗੀਆਂ ਦਾਖਲ ਕਰਨ ਦੀ ਖੀਰੀ ਤਰੀਕ 12 ਸਤੰਬਰ ਹੈ ਤੇ ਨਾਮਜ਼ਦਗੀ ਵਾਲੇ ਕਾਗਜ਼ੇ ਪੱਤਨੇ ਦੀ ਜਾਂਚ 13 ਸਤੰਬਰ ਕੀ ਕੀਤੀ ਜਾਗ ਮੇਦਵਾਰ ਜੇਕਰ ਚਾਹਤ ਅਸਤਾਰਾ ਸਤੰਬਰ ਤੱਕ ਚੋਣਾਂ ਸ਼ਾ ਆਪਣਾ ਨਾਮ ਵਾਪਸ ਲਈ ਸਕੰਗਣ ਤ੍ਰਿਏ ਗੇਟ ਤਹਿਤ ਕੁੱਲ 40 ਵਿਧਾਨ ਸਭਾਲ ਕਿੰਚ ਪਹਿਲੀ ਅਕਤੂਬਰ ਕੀ ਵੋਟ ਪਾਇ ਜਾਨੇ ਨਾ ਮਤਦਾਨ ਬਡਲੇ 7 ਵਜੇ ਸ਼ ਲਈਏ ਸੰਨ 6 ਵਜੇ ਤੱਕ ਚਲੋਗ ਜੰਮੂ ਕਸ਼ਮੀਰ ਚ ਦੂਏ ਗੇੜ ਦੇ ਅਸੈਂਬਲੀ ਚੁਣਾਈ ਲਈ ਕੁੱਲ 6 ਜ਼ਿਲ੍ਹੇ ਦੇ 26 ਵਿਧਾਨ ਸਭਾ ਅਲਕਿੰਚ 310 ਉਮੀਦਵਾਰਾਂ ਨੇ ਆਪਣੇ ਨਾਮਾਂਕਨ ਦਰਜ ਕਰਵਾਇਨ ਅਕਾਸ਼ਵਾਣੀ ਦੇ ਜੰਮੂ ਸੰਵਾਦ ਦਾਤਾ ਮੁਜਬ ਦੂਏ ਗੇੜ ਦੇ ਚੁਣਾਤਿਆਂ ਤਾਉਂਦੀ 25 ਸਤੰਬਰ ਕੀ ਵੋਟ ਪਾਇ ਜਾਣੇ ਨ ਤੇ ਇਤੇ ਲਈ ਨਾਮਾਂਕਨ ਦਾਖਲ ਕਰਨੇ ਦਾ ਕੱਲ ਖੀਰੀ ਤਿਆੜਾ ਖ ਸ਼੍ਰੀਨਗਰ ਜ਼ਿਲ੍ਹੇ ਲਈ ਸਭਨੇ ਸ਼ਮਤੀ 112 ਮੇਦਵਾਰੇ ਨਾਮਾਂਕਨ ਦਾਖਲ ਕਰਵਾਈਨ ਇਤੇ ਪ੍ਰਿੰਤ ਬਡਗਾਮ ਜ਼ਿਲ੍ਹੇ ਚ 66 ਰਜੋਰੀ ਜ਼ਿਲ੍ਹੇ ਚ 47 ਪੁਨਚ ਚ 35 ਤੇ ਰਿਆਸੀ ਤੇ ਗੰਦਰਬਲ ਜ਼ਿਲ੍ਹੇ ਚ 24 24 ਮੇਦਵਾਰੇ ਆਪਣੇ ਨਾਮਾਂਕਨ ਪਰੇਨ ਜੰਮੂ ਸੰਭਾਗ ਚ ਰਿਆਸੀ ਜ਼ਿਲ੍ਹੇ ਦੇ ਤਰ੍ਹਾਂ ਅਸੈਂਬਲੀਅਲ ਕਿੰਚਾ ਕੁੱਲ 7 ਮੇਦਵਾਰੇ ਗੁਲਾਬਗੜਲ ਕੇ ਲਈ 10 ਮੇਦਵਾਰੇ ਰਿਆਸੀਅਲ ਕੇ ਲਈ ਤੇ 7 ਮੇਦਵਾਰੇ ਸ਼੍ਰੀਮਾਤਾ ਵੈਸ਼ਨੋਦੇਵੀ ਅਸੈਂਬਲੀਅਲ ਕੇ ਲਈ ਨਾਮਾਂਕਨ ਪਰੇਨ ਰਜੋਰੀ ਜ਼ਿਲ੍ਹੇ ਦੇ 5 ਅਸੈਂਬਲੀਅਲ ਕਿੰਚਾ 11 ਮੇਦਵਾਰਾਂ ਕਾਲਾਕੋਟ ਸੁੰਦਰਬਨੀ ਲਈ 7 ਮੇਦਵਾਰਾਂ ਨਸ਼ਹਿਰਾ ਲਈ 14 ਰਜੋਰੀ ਅਲਕੇ ਲਈ 7 ਮੇਦਵਾਰਾਂ ਬੁੱਦਲ ਲਈ ਤੇ 8 ਮੇਦਵਾਰਾਂ ਥੰਨਾ ਮੰਡੀ ਲਈ ਨਾਮਾਂਕਨ ਭਰਿਆ ਹੈ ਇੰਹਾਂ ਗਏ ਪੁੰਛ ਜ਼ਿਲ੍ਹੇ ਚ ਸੁਰਨਕੋਟਲ ਕੇ ਲਈ 11 ਪੁੰਛ ਅਵੇਲੀ ਲਈ 13 ਤੇ ਮਿੰਡਰ ਅਲ ਕੇ ਲਈ 11 ਮੇਦਵਾਰਾਂ ਨਾਮਾਂਕਨ ਢਾਕਲ ਕੀਤੇ ਦਿਨ ਨਾਮਾਂਕਨ ਪੰਤਰੀ ਦੀ ਜਾਂਚ ਅੱਜ ਕੀਤੀ ਜਾ ਰਹੀ ਹੈ ਤੇ ਮੇਦਵਾਰ ਜੇਕਰ ਚਾਹਤਾਂ 9 ਸਤੰਬਰ ਦੁਪਹਿਰੀ 3 ਵਜੇ ਤੱਕ ਉਹ ਆਪਣਾ ਨਾਂ ਵਾਪਸ ਵੀ ਲਈ ਸਕਦੇ ਹਨ ਕਾਂਗਰਸ ਪਾਰਟੀ ਨੇ ਜੰਮੂ ਕਸ਼ਮੀਰ ਚੌਂਦੀ 25 ਸਤੰਬਰ ਗੀਓ ਨੇ ਵਾਲੇ ਦੂਏ ਗੇਟ ਦੇ ਚੋਣਾਂ ਲਈ 40 ਸਟਾਰ ਪ੍ਰਚਾਰਕਾਂ ਦੀ ਨਾਈਂ ਵਾਲੀ ਸੂਚੀ ਜਾਰੀ ਕੀਤੀ ਹੈ ਆਕਾਸ਼ਵਾਣੀ ਤੇ ਜੰਮੂ ਸੰਵਾਦ ਦਾ ਤਾ ਮੋਜੂਬ ਇਨ ਸਟਾਰ ਪ੍ਰਚਾਰਕਾਂ ਚ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕ ਅਰਜੁਨ ਖਰਗੇ ਸੋਨੀਆ ਗਾਂਧੀ ਰਾਹੁਲ ਗਾਂਧੀ ਤੇ ਪ੍ਰੇੰਕਾ ਗਾਂਧੀ ਮੁਖਤੋਰ ਪਰ ਸ਼ਾਮਲ ਨ ਇੰਤਲਾਵਾ ਪਾਰਟੀ ਨੇਤਾ ਕੇ ਸੀ ਵੇਣੂ ਗੋਪਾਲ ਅਜੇ ਮਾਕਨ ਅੰਬਿਕਾ ਸੋਨੀ ਭਰਤ ਸਿੰਘ ਸੋਲੰਕੀ ਤਾਰਿਕ ਹਮੀਦ ਕਰਰਾ ਸੁਖਵਿੰਦਰ ਸਿੰਘ ਸੁਖੂ ਜੈਰਾਮ ਰਮੇਸ਼ ਗੁਲਾਮ ਅਹਿਮਦ ਮੀਰ ਸਚਿਨ ਪਾਇਲਟ ਚਰਨਜੀਤ ਸਿੰਘ ਚੰਨੀ ਸਲਮਾਨ ਖੁਰਸ਼ੀਦ ਵਿਕਾਰ ਰਸੂਲਵਾਨੀ ਰਜਨੀ ਪਾਟਿਲ ਮਨੀਸ਼ ਤਿਵਾਰੀ ਪ੍ਰਮੋਦ ਤਿਵਾਰੀ ਰਮਨ ਪੱਲਾ ਤਾਰਾਚੰਦ ਚੌਧਰੀ ਲਾਲ ਸਿੰਘ ਕਨਈਆ ਕੁਮਾਰ ਤੇ ਅਲਕਾ ਲਾਂਬਾਉਂ ਦੇ ਨਾਂ ਵੀ ਸ਼ਾਮਲ ਨੇ ਕਾਂਗਰਸ ਪਾਰਟੀ ਨੇ ਪ੍ਰਦੇਸ਼ ਲਈ 120 ਸਟਾਰ ਪ੍ਰਚਾਰਕਾਂ ਦੀ ਸੂਚੀ ਤਿਆਰ ਕੀਤੀ ਦੀ ਹੈ ਜਿਹੜੇ ਵੱਖ-ਵੱਖ ਹਲਕਿਆਂ 'ਚ ਪਾਰਟੀ ਲਈ ਚੋਣ ਪ੍ਰਚਾਰ ਕਰਨਗੇ ਭਾਰਤੀ ਜਨਤਾ ਪਾਰਟੀ ਨੇ ਜੰਮੂ ਕਸ਼ਮੀਰ ਚ ਅਸੈਂਬਲੀ ਚੋਣਾਂ ਦੇ ਦੂਏ ਗੇਟ ਲਈ 40 ਸਟਾਰ ਪ੍ਰਚਾਰਕਾਂ ਦੀ ਨਾयांਲੀ ਸੂਚੀ ਜਾਰੀ ਕੀਤੀ ਹੈ। ਇੰਦੇ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਦੇ ਰਾਸ਼ਟਰੀ ਅਧਿਐਖ ਜੇਪੀ ਨੱਡਾ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਮੁੱਖ ਤੌਰ ਪਰ ਸ਼ਾਮਲ ਨ। ਪ੍ਰਦੇਸ਼ ਚ ਦੂਏ ਗੇਟ ਦੇ ਅਸੈਂਬਲੀ ਚੋਣਾਂ ਇਸ ਮਹੀਨੇ ਦੀ 5 ਤਰੀਕ ਕੀ ਕਰਵਾਈ ਜਾਣੇ। ਗ੍ਰਹਿ ਮੰਤਰੀ ਅਮਿਤ ਸ਼ਾਹ ਉਰ ਅਜੇ ਤਮਾ ਜੰਮੂ ਤੇ ਦੋ ਦਿਨ ਦੇ ਦੌਰੇ ਭਰਾਵਾ ਕਰਦਿਨ ਆਕਾਸ਼ਵਾਣੀ ਦੇ ਜੰਮੂ ਸੰਵਾਦ ਦਾਤਾ ਮੁਜਬ ਸ਼ਾਹ ਉਰ ਜੰਮੂ ਚ ਇੱਕ ਰੈਲੀ ਚ ਪਾਰਟੀ ਦਾ ਚੋਣਵੀ ਕੋਸ਼ਨਾ ਪੱਤਰ ਜਾਰੀ ਕਰਗਨ ਉ ਜੰਮੂ ਚ ਚੋਣਵੀ ਰੈਲੀਆਂ ਕੀ ਸੰਬੋਧਿਤ ਕਰਗਨ ਸ਼ਾਹ ਦੇ ਇਸ ਦੌਰੇ ਲਈ ਬੰਦੋਬਸਤਾਂ ਕੀ ਮੁਕਦੜ ਰੂਪ ਦਿੱਤਾ ਜਾ ਰਿਹਾ ਹੈ ਤੋ ਅਈ ਬੀਜੇਪੀ ਦੇ ਪ੍ਰਦੇਸ਼ ਮਾ ਸਰਚਿਵ ਅਸ਼ੋਕ ਕੋਲੋ ਨੇ ਆਖਿਆ ਜੇ ਸ਼ਾਹ ਹੁੰਦਾ ਜੰਮੂ ਦਾ ਦੌਰਾ ਬੀਜੇਪੀ ਮੇਦਵਾਰਾਂ ਤੇ ਕਾਰਕਿਰਤਾਇਆਂ ਦਾ ਦਿਲ ਬਦਾਨੀਆਂ ਲਾਉਗ ਸ਼ਾਹ ਹੁੰਦਾ ਇਸੇ ਮਹੀਨੇ ਕਸ਼ਮੀਰ ਚ ਵੀ ਕਈ ਚੁਣਾਵੀ ਰੈਲੀਆਂ ਗੀ ਸੰਬੋਧਿਤ ਕਰਨ ਦਾ ਕਾਰਜਕ੍ਰਮ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੀਜੇਪੀ ਦੇ ਹੋਰ ਕਈ ਵਰਿਸ਼ਠ ਨੇਤਾ ਵੀ ਪ੍ਰਦੇਸ਼ ਚ ਚੋਣ ਪ੍ਰਚਾਰ ਕਰਨਗੇ ਸਰਕਾਰ ਨੇ 2024 25 ਲਈ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਯਾਨੀ ਵਜ਼ੀਫੇ ਵਾਲੀ ਸਕੀਮ ਤਹਿਤ ਚੁਣੇ ਗਏ ਹੋਣਹਾਰ ਵਿਦਿਆਰਥੀਆਂ ਪਾਸਿਆ ਆਵੇਦਨ ਜਮ੍ਹਾਂ ਕਰਵਾਉਣ ਦੀ ਖੀਰੀ ਤਰੀਕ ਇਸ ਮਹੀਨੇ ਦੀ 3 ਤਰੀਕ ਤੋੜੀ ਵਧਾਈ ਦਿੱਤੀ ਹੈ ਸ਼ਿੱਖਸ਼ਾ ਮੰਤਰਾਲੇ ਨੇ ਆਖਿਆ ਜੇ ਇਸ ਸਕੀਮ ਤਹਿਤ ਆਰਥਿਕ ਤੌਰ 'ਤੇ ਕਮਜ਼ੋਰ ਤਬਕੇ ਦੇ ਹੁਨਰ ਵਿਦਿਆਰਥੀਆਂ 'ਗੇ ਵਜ਼ੀਫੇ ਦਿੱਤੇ ਜਾਂਦੇ ਨੇ ਤਾਂ ਜੇ ਉਹ 8ਵੀਂ ਜਮਾਤ ਦੇ ਬਾਅਦ ਵੀ ਆਪਣੀ ਪੜ੍ਹਾਈ ਜਾਰੀ ਰੱਖਣ ਤੇ ਘੱਟੋ-ਘੱਟ 12ਵੀਂ ਜਮਾਤ ਤੋੜੀ ਸਿੱਖਿਆ ਪੱਕ ਗਏ ਹਾਸਲ ਕਰਨ ਇਹਦੇ ਕੰਨੇ ਗਏ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁਆ